ਹੈਲੋ ਗਾਇਸ, ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ? ਹੋਪ ਕਰਦਾ ਕਿ ਤੁਸੀਂ ਸਾਰੇ ਵਧੀਆ ਹੋ ਅਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਵਲੋਗ 'ਤੇ। ਅੱਜ ਵਾਲੇ ਵਲੋਗ 'ਚ ਜੀ ਤੁਹਾਨੂੰ ਆਪਾਂ ਐਕਸਪਲੋਰ ਕਰਨ ਜਾ ਰਹੇ ਹਾਂ ਉਹੀ ਆਈਲੈਂਡ ਤੁਸੀਂ ਮੇਰੇ ਪੁਰਾਣੇ ਵਲੋਗ 'ਚ ਦੇਖਿਆ ਹੋਣਾ, ਪਰ ਹੁਣ ਗਰਮੀ ਆ ਗਈ ਆ, ਫਿਰ ਤਾਂ ਉੱਧਰ ਟੂਰਿਸਟ ਆ ਚੁੱਕਾ, ਅਤੇ ਕਿਉਂ ਨਾ ਫਿਰ ਤੁਹਾਨੂੰ ਐਕਸਪਲੋਰ ਕਰਵਾਇਆ ਜਾਵੇ ਆਈਲੈਂਡ, ਅਤੇ ਤੁਹਾਨੂੰ ਦਿਖਾਇਆ ਜਾਵੇ ਕਿ ਸਮਰ ਵਿੱਚ ਗ੍ਰੀਸ ਟੂਰਿਸਟ ਕਿੰਨਾ ਆਉਂਦਾ ਆ। ਅਤੇ ਇਹ ਤਾਂ ਵੈਸੇ ਜਿੱਦਾਂ ਨੋਰਮਲੀ ਆਈਲੈਂਡ ਆ, ਛੋਟਾ ਹੀ ਆ, ਮਤਲਬ ਇੰਨਾ ਵੀ ਨਹੀਂ ਛੋਟਾ, ਪਰ ਫਿਰ ਵੀ ਕੰਪੈਰੇਟਿਵਲੀ ਤਾਂ ਛੋਟਾ, ਪਰ ਇੱਥੇ ਵੀ ਇੰਨਾ ਟੂਰਿਸਟ ਆਉਂਦਾ, ਅਤੇ ਹੋਰ ਤੁਸੀਂ ਦੇਖ ਹੀ ਸਕਦੇ ਗ੍ਰੀਸ ਕਿੰਨਾ ਕੁ ਟੂਰਿਸਟ ਆਉਂਦਾ ਹੋਣਾ। ਅਤੇ ਬਾਕੀ ਕਰਾਂਦੇ ਤੁਹਾਨੂੰ ਅੱਜ ਦਾ ਇਹ ਆਈਲੈਂਡ ਐਕਸਪਲੋਰ ਵੀ ਕਰਦੇ ਹਾਂ, ਤਾਂ ਆਜੋ ਫਿਰ। ਲਓ ਜੀ ਗਾਇਸ, ਫੈਰੀ ਤਾਂ ਚੜ੍ਹ ਚੁੱਕੇ ਹਾਂ, ਅਤੇ ਬਾਕੀ ਹੁਣ ਚੱਲਦੇ ਹਾਂ ਉੱਧਰ ਅਤੇ ਕਰਾਂਦੇ ਐਕਸਪਲੋਰ। ਬਾਕੀ ਤੁਸੀਂ ਇੱਧਰੋਂ ਵੀ ਦੇਖ ਹੀ ਸਕਦੇ ਹਾਂ ਉੱਧਰ ਕਿੰਨੇ ਸ਼ਿਪ ਲੱਗੇ ਹੋਏ ਆ, ਟੂਰਿਸਟ ਤਾਂ ਹੁਣ ਪੂਰਾ ਹੀ ਭਰ ਚੁੱਕਾ। ਜੀ ਗਾਇਸ, ਫਾਈਨਲੀ ਬੋਰਡ 'ਤੇ ਪਹੁੰਚ ਚੁੱਕੇ ਹਾਂ, ਬਾਕੀ ਹੁਣ ਉਤਰੀਏ ਚਲੀਏ। ਅਤੇ ਗਾਇਸ, ਜੇ ਤੁਸੀਂ ਮਾਰਕੀਟ ਵਾਲਾ ਵਲੋਗ ਦੇਖਣਾ ਇੱਥੇ ਦੇ, ਉਹ ਪਿਛਲਾ ਹੀ ਵਲੋਗ ਪਾਇਆ, ਹੁਣੇ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ, ਥੱਲੇ ਲਿੰਕ ਵੀ ਆ ਰਿਹਾ ਹੋਊਗਾ। ਇਹ ਵੀ ਇੱਕ ਇੱਥੇ ਦਾ ਜਿਹੜੀ ਤੁਸੀਂ ਹਿਸਾਬ ਕਹਿ ਸਕਦੇ ਵੀ ਬ੍ਰਾਂਡ ਆ ਇੱਥੇ ਦੀ ਮਾਰਕੀਟ ਦਾ, ਇਹ ਵੀ ਇੱਥੇ ਦੇ ਸਾਰੇ ਹੀ ਸ਼ਹਿਰਾਂ ਵਿੱਚ ਹੈਗਾ, ਅਤੇ ਇਹਦੇ ਵੀ ਬਣਾ ਸਕਦੇ ਹੋ ਵਲੋਗ। ਬਾਕੀ ਜਿਹੜਾ ਤੁਸੀਂ ਇੱਕ ਲਿਟਲ ਦਾ ਵਲੋਗ ਵੀ ਦੇਖ ਸਕਦੇ ਹੋ ਪਿੱਛੇ ਪਾਇਆ। ਬਾਕੀ ਹੁਣ ਚੱਲੀਏ ਕਲੋਕ ਟਾਵਰ 'ਤੇ, ਤੁਹਾਨੂੰ ਉਹ ਵੀ ਐਕਸਪਲੋਰ ਕਰਾਈਏ। ਭਰਿਆ ਪਿਆ, ਕਿੰਨੇ ਸ਼ਿਪ ਲੱਗੇ ਹੋਏ ਆ ਉੱਧਰੋਂ ਦੀ ਲੈ ਕੇ ਐਂਡ ਤੱਕ, ਪੂਰੇ ਇੱਕ ਵੀ ਪਲੇਸ ਖਾਲੀ ਨਹੀਂ ਹੈਗੀ ਜਿੱਥੇ ਤੁਸੀਂ ਆਪਣਾ ਪਾਰਕ ਕਰ ਸਕਦੇ। ਪਿੱਛੋਂ ਹੀ ਤੁਹਾਨੂੰ ਮੈਂ ਦਿਖਾਉਂਦਾ ਹੀ ਲਿਆ ਰਿਹਾ ਕਿ ਹੁਣ ਤੱਕ ਦੇਖ ਲਓ ਮੁੱਕਦੇ ਨਹੀਂ ਪਏ, ਅਤੇ ਹਾਲੇ ਅੱਗੇ ਵੀ ਜਾ ਕੇ ਬਹੁਤ ਲੱਗੇ ਆ। ਅਤੇ ਗਾਇਸ, ਹੁਣ ਇੱਥੋਂ ਚੈੱਕ ਕਰੋ, ਹੁਣ ਇੱਥੇ ਪੂਰੇ ਆ ਵੱਡੇ ਵੱਡੇ ਸ਼ਿਪ ਪੂਰੇ ਲੱਗੇ ਹੋਏ ਆ, ਚਲੋ ਥੋੜ੍ਹੀਆਂ ਬਹੁਤੀਆਂ ਬੋਟਸ ਵਗੈਰਾ ਸੀ।
ਤੇ ਗਾਇਸ ਪਿੱਛੇ ਦੀ ਵਿਊ ਚੈੱਕ ਕਰੋ ਕਿਆ ਵਧੀਆ ਆ ਰਿਹਾ। ਹੁਣ ਹੀ ਆ ਪਰ ਪੌੜੀਆਂ ਬਹੁਤ ਆ, ਬੰਦੇ ਨੂੰ ਬਹੁਤ ਦੂਰ ਸੱਕ ਜਾਣਾ ਪੈਂਦਾ ਚੜ੍ਹ ਕੇ। ਹੁਣ ਨੋਟ ਕੀਤਾ ਕਿ ਅੱਜ ਇਹਨਾਂ ਦਾ ਇੰਨਾ ਉੱਚਾ ਖੁੱਲਿਆ, ਮੈਂ ਕਿਹਾ ਚਲੋ ਤੁਹਾਨੂੰ ਅੰਦਰੋਂ ਦੀ ਦਿਖਾ ਕੇ ਆਈਏ। ਉਹਦਾ ਤਾਂ ਤੇ ਲੱਗਾ ਹੋਇਆ ਦੇਖੋ ਪੂਰਾ ਸ਼ੀਸ਼ਾ, ਅੰਦਰ ਦੀ ਮਸ਼ੀਨਰੀ ਇਹ ਆ। ਪਹਿਲਾਂ ਨਹੀਂ ਕਦੀ ਖੋਲ੍ਹਿਆ ਇਹਨਾਂ ਨੇ, ਆ ਪਹਿਲੀ ਵਾਰ ਦੇਖਿਆ, ਜਦ ਹੁਣ ਖੋਲ੍ਹਦੇ ਹੁਣ ਅਜੇ ਨੋਟ ਹੀ ਨਹੀਂ ਕੀਤਾ। ਅਤੇ ਉੱਧਰ ਅੱਜ ਗੱਲ ਤਾਂ ਸੀ ਇਹ ਹੈਗਾ ਜੀ ਵਿਊ, ਤੁਹਾਨੂੰ ਉੱਤੋਂ ਜਾ ਕੇ ਵੀ ਦਿਖਾਉਂਦਾ, ਉੱਧਰੋਂ ਵੀ ਬੜਾ ਵਧੀਆ ਵਿਊ ਆ। ਉੱਤੇ ਹਾਲੇ ਬਹੁਤ ਜਾਣੇ ਲੱਗੇ ਹੋਏ ਆ ਇਹਨਾਂ ਨੂੰ ਪਹਿਲਾਂ ਕਰਨ ਦੇ, ਪਹਿਲਾਂ ਇਹ ਚੱਲਦੇ ਆ। ਬਸ ਸਨਸੈਟ ਵੀ ਹੋ ਹੀ ਗਿਆ ਅਤੇ ਬੜਾ ਵਧੀਆ ਲੱਗ ਰਿਹਾ ਸੀ। ਇਹ ਸੈਂਟੋਰਿਨ ਤੋਂ ਘੱਟ ਆ, ਦੇਖ ਕਿੰਨਾ ਵਧੀਆ ਲੱਗ ਰਿਹਾ। ਓਬੀਅਸਲੀ ਸੈਂਟੋਰਿਨ ਦਾ ਮੋਸਟ ਫੇਮਸ ਸਨਸੈਟ ਆ, ਪਹਿਲੇ ਨੰਬਰ 'ਤੇ ਆਉਂਦਾ ਦੁਨੀਆ ਦੇ, ਪਰ ਇਹ ਵੀ ਦੇਖ ਲਓ ਵਧੀਆ ਹੀ ਆ। ਇਹ ਕਿੰਨਾ ਸੋਹਣਾ ਲੱਗ ਰਿਹਾ, ਇੱਧਰ ਸ਼ਿਪਸ ਖੜੀਆਂ ਇੱਧਰ ਅਤੇ ਨਾਲ ਮਾਊਂਟੇਨਸ ਅਤੇ ਸਨਸੈਟ ਹੋ ਰਿਹਾ। ਅਤੇ ਜਿੱਦਾਂ ਹੀ ਸਨਸੈਟ ਹੋ ਗਿਆ ਸਾਰੇ ਇੱਧਰ ਨੂੰ ਆ ਗਏ ਫੋਟੋ ਲੈਣ ਲਈ, ਭੀੜ ਲੱਗੀ ਹੋਈ ਆ ਦੇਖ ਹੀ ਸਕਦੇ। ਤੇ ਗਾਇਸ ਸਨਸੈਟ ਹੋ ਚੁੱਕਿਆ ਤਾਂ ਟੂਰਿਸਟ ਵੀ ਥੋੜ੍ਹਾ ਬਹੁਤਾ ਜਾ ਚੁੱਕਿਆ ਪਰ ਹਾਲੇ ਵੀ ਹੈਗਾ। ਅਤੇ ਜੇ ਤੁਸੀਂ ਐਥੈਂਸ ਤੋਂ ਇੱਥੇ ਆਉਣਾ ਚਾਹੁੰਦੇ ਹਾਂ ਤਾਂ ਤੁਸੀਂ ਸਰਚ ਕਰ ਸਕਦੇ ਹਾਂ ਐਥੈਂਸ ਟੂ ਫੋਰੋਸ ਫੈਰੀ, ਅਤੇ ਉਹ ਤੁਹਾਨੂੰ ਪ੍ਰਾਈਸ ਸਾਰੇ ਪਤਾ ਲੱਗ ਜਾਣਗੇ। ਉੱਥੇ ਤੁਸੀਂ ਬੁੱਕ ਕਰਕੇ ਇੱਥੇ ਆ ਸਕਦੇ ਆ, ਬਹੁਤ ਵਧੀਆ ਆਈਲੈਂਡ ਆ, ਇੱਥੇ ਆ ਕੇ ਘੁੰਮੋ ਫਿਰੋ, ਭਾਵੇਂ 5 ਕੁ ਦਿਨ ਰਹੋ ਭਾਵੇਂ ਜਿੰਨਾ ਤੁਹਾਡਾ ਮਨ ਹੈਗਾ ਰਹੋ। ਅਤੇ ਹੋਟਲਸ ਵੀ ਸਹੀ ਆ, ਅਫੋਰਡੇਬਲ ਆ, ਇਹ 90 to 100 ਯੂਰੋ ਦੇ ਵਿੱਚ ਵਿੱਚ ਤੁਹਾਨੂੰ ਪਰ ਨਾਈਟ ਮਿਲ ਜੂਗਾ। ਅਤੇ ਬਾਕੀ ਤੁਸੀਂ ਇੱਥੇ ਮੇਰੇ ਇੰਨੇ ਵਲੋਗਸ ਆ ਰਹੇ ਆ ਸਕਰੀਨ 'ਤੇ, ਇਹ ਇਹਦਾ ਵਿੱਚੋਂ ਜਾ ਕੇ ਕੋਈ ਵੀ ਦੇਖ ਸਕਦੇ ਹਾਂ, ਮੈਂ ਪੂਰਾ ਦਿਖਾਇਆ ਹੋਇਆ ਇਹ ਆਈਲੈਂਡ ਹੈਗਾ ਸਾਹ ਕਲੋਕ ਟਾਵਰ। ਇੱਥੇ ਬੜਾ ਫੇਮਸ ਇੱਥੇ ਦੀ ਲੋਕੇਸ਼ਨ, ਇੱਥੋਂ ਦੀ ਪੂਰਾ ਉੱਤੋਂ ਦਾ ਟੋਪ ਦਾ ਵਿਊ ਦੇਖਦਾ। ਅਤੇ ਹੁਣ ਆਪਾਂ ਤੁਹਾਨੂੰ ਥੱਲੇ ਜਾ ਕੇ ਦਿਖਾਉਂਦੇ ਹਾਂ ਕਿ ਕਲੋਕ ਟਾਵਰ ਉੱਧਰੋਂ ਜਾ ਕੇ ਤੁਸੀਂ ਇੱਥੇ ਵੀ ਬਹਿ ਬੁਹ ਸਕਦੇ, ਇੱਧਰੋਂ ਦੀ ਵੀ ਦੇਖ ਹੀ ਸਕਦੇ ਵੀ ਉਹ ਕਿੰਨਾ ਸੋਹਣਾ ਲੱਗਦਾ। ਦੇਖ ਹੀ ਜਾਂਦੇ ਹਾਲੇ ਕਲੋਕ ਟਾਵਰ ਨਹੀਂ ਪਏ, ਕਿੰਨਾ ਸੋਹਣਾ ਵਿਊ ਆ। ਅਤੇ ਉਤਾਰੀ ਆ ਜੀ ਫਲਾਇੰਗ ਐਥਨਸ, ਤੋਂ ਤੁਸੀਂ ਪੋਰੋ ਇਹਦੇ ਵਿੱਚ ਵੀ ਆ ਹੀ ਸਕਦੇ ਹਾਂ। ਲਓ ਜੀ ਥੱਲੇ ਆ ਚੁੱਕੇ ਹਾਂ,
ਤੇ ਗਾਇਸ ਇਹ ਵਾਲੀ ਸਟ੍ਰੀਟ ਕਿੰਨੀ ਸੋਹਣੀ ਹੈ। ਅਤੇ ਗਾਈਸ ਹੁਣ ਆ ਚੁੱਕੇ ਮੇਨ ਸਟਰੀਟ 'ਤੇ ਜਿੱਥੇ ਸਾਰੇ ਰੈਸਟੋਰੈਂਟਸ ਬਾਰ ਵਗੈਰਾ ਆ, ਤੁਸੀਂ ਦੇਖ ਸਕਦੇ ਆ ਪੂਰੀ ਲਾਈਨ ਉੱਧਰੋਂ ਦੀ ਲੈ ਕੇ ਇੱਧਰ ਤੱਕ, ਹੁਣ ਬਾਹਰ ਹੀ ਚੱਲੀ ਜਾਣੇ, ਰੈਸਟੋਰੈਂਟ ਹੀ ਚੱਲੀ ਜਾਣੇ ਸਾਰੇ, ਹੁਣ ਉਹੀ ਆ। ਅਤੇ ਲਓ ਜੀ ਗਾਈਸ ਫਾਈਨਲੀ ਰੈਸਟੋਰੈਂਟ 'ਤੇ ਬਹਿ ਚੁੱਕੇ ਹਾਂ ਅਤੇ ਔਡਰ ਵੀ ਦੇ ਤਾ, ਅਤੇ ਬਾਕੀ ਔਡਰ ਆਉਂਦਾ ਫਿਰ ਤੁਹਾਨੂੰ ਚੈੱਕ ਕਰਾਉਂਦੇ ਹਾਂ। ਬਾਕੀ ਇੱਕ ਵਾਰੀ ਤੁਹਾਨੂੰ ਦੱਸਦਾ ਮੈਂ ਵਿਊ ਚੈੱਕ ਕਰਾਉਂਦਾ। ਇਸ ਰੈਸਟੋਰੈਂਟ ਦੀ ਤੁਸੀਂ ਵਾਈਬ ਚੈੱਕ ਕਰ ਹੀ ਸਕਦੇ ਕਿਆ ਵਧੀਆ। ਜਿੱਦਾਂ ਇੱਥੇ ਆਏ ਸਾਡਾ ਉਹਨਾਂ ਨੇ ਵੈਲਕਮ ਕੀਤਾ ਅਤੇ ਤੁਸੀਂ ਦੇਖ ਸਕਦੇ ਹੋ ਉਹ ਥੋੜ੍ਹਾ ਇੱਧਰ ਇਹਨੂੰ ਇਗਨੋਰ ਕਰਿਓ, ਪਰ ਲਿਖਿਆ ਗੁਰੂ ਨਾਨਕ ਡਿਵੋਟੀਜ਼ ਆਰ ਵੈਲਕਮ, ਬਸ ਇਹਨਾਂ ਨੇ ਸਪੈਲਿੰਗ ਗਲਤ ਲਿਖਿਆ ਹੈ, ਡਬਲ ਹੀ ਆਉਂਦਾ ਪਰ ਫਿਰ ਵੀ ਵਧੀਆ ਇਹਦਾ ਵੀ। ਸਾਰਿਆਂ ਨੂੰ ਇਹਨਾਂ ਸਾਰਿਆਂ ਜਿਹੜੇ ਵੀ ਇੱਥੇ ਕਲਚਰ ਦੇ ਆਉਂਦੇ ਆ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿੱਦਾਂ ਬਣਾ ਕੇ ਰੱਖੇ ਹੋਏ ਆ, ਤਾਂ ਸਾਰਿਆਂ ਨੂੰ ਉਹ ਦਿੰਦੇ ਆ ਵੈਲਕਮ ਦੇ ਰੂਪ। ਉੱਧਰ ਮੈਚ ਚੱਲ ਰਿਹਾ ਹੁਣ, ਕੋਈ ਜਿੱਤਿਆ ਤਾਂ ਪੂਰੇ ਇੰਜੋਇਮੈਂਟ ਹੋ ਰਹੀ ਆ। ਅਤੇ ਲਓ ਜੀ ਗਾਇਸ ਰੈਸਟੋਰੈਂਟ ਤੋਂ ਖਾ ਕੇ ਉੱਠ ਚੁੱਕੇ ਹਾਂ ਅਤੇ ਬਾਕੀ ਹੁਣ ਕਰੀਏ ਵਾਪਸੀ ਆਪਣੇ ਸ਼ਹਿਰ ਵੱਲ ਦੀ, ਅਤੇ ਪਹਿਲਾਂ ਥੋੜ੍ਹਾ ਜਿਹਾ ਘੁੰਮ ਲਈਏ ਅਤੇ ਤੁਹਾਨੂੰ ਵੀ ਦਿਖਾਈਏ ਰਾਤ ਦਾ ਮਾਹੌਲ ਕਿੱਦਾਂ ਦਾ ਹੁੰਦਾ। ਹੁਣ ਦੇ ਟਾਈਮ ਤੁਸੀਂ ਦੇਖ ਸਕਦੇ ਸਾਰੇ ਜਣੇ ਖਾਣ ਪੀਣ ਬੈਠੇ ਹੋਏ ਆ ਬਸ, ਅਤੇ ਉੱਠ ਹੀ ਜਾਂਦੇ ਆ ਥੋੜ੍ਹੇ ਬਹੁਤੇ, ਜਾ ਰਹੇ ਆ ਵਾਪਸੀ ਕਰ ਰਹੇ ਨੇ। ਇਹ ਹੈਗੀ ਜੀ ਗਾਈਸ ਇੱਥੇ ਦੀ ਫਰੰਟ, ਪੂਰੀ ਫਰੰਟ, ਕਿਉਂਕਿ ਉੱਧਰੋਂ ਦੀ ਇੱਧਰ ਹੀ ਸਾਰੇ ਬੋਟਸ ਆ ਕੇ ਖੜੀਆਂ ਹੁੰਦੀਆਂ ਨੇ, ਅਤੇ ਇੱਧਰ ਸਾਰੇ ਰੈਸਟੋਰੈਂਟ ਆ, ਮੱਠਾ ਮੱਠਾ ਮਿਊਜ਼ਿਕ ਵੱਜ। ਵਧੀਆ ਮਿਊਜ਼ਿਕ ਵਜਾ ਰਿਹਾ, ਮੱਠਾ ਮੱਠਾ ਵੱਜ ਰਿਹਾ ਐਨ। ਲਓ ਜੀ ਗਾਈਸ ਸਪੋਰਟ 'ਤੇ ਵੀ ਪਹੁੰਚ ਚੁੱਕੇ ਹਾਂ, ਬਾਕੀ ਹੁਣ ਚੱਲੀਏ ਟਿਕਟ ਲਈਏ ਅਤੇ ਫਿਰ ਚੱਲੀਏ ਆਪਣੇ ਸ਼ਹਿਰ ਵੱਲ ਨੂੰ, ਅਤੇ ਉੱਧਰੋਂ ਆ ਰਹੀ ਆਪਣੀ ਫੈਰੀ। ਟਾਈਮ ਵਾਈਜ਼ ਫੈਰੀ ਵੈਸੇ ਖਾਲੀ ਆ, ਥੋੜ੍ਹੇ ਬਹੁਤੇ ਕਾਰਜ ਆਉਣਗੀਆਂ, ਥੋੜ੍ਹੇ ਬਹੁਤੇ ਜਾਣੇ ਰਹਿ ਜਾਂਦੇ ਆ ਹੁਣ, ਵੈਸੇ ਬਸ ਇੱਕ ਦੋ ਹੀ ਗੱਡੀਆਂ ਜਿਹੜੀਆਂ ਆਉਣੀਆਂ, ਬਾਕੀ ਖਾਲੀ ਜਾਣਾ ਹੁਣ। ਇਸ ਫੈਰੀ ਤੋਂ ਪਹੁੰਚ ਚੁੱਕੇ ਹਾਂ ਆਪਣੇ ਏਰੀਏ 'ਚ, ਅਤੇ ਅੱਜ ਦੇ ਵਲੋਗ ਨੂੰ ਇਸ ਤਰ੍ਹਾਂ ਕੀ ਰੱਖਦੇ ਹਾਂ, ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇੱਦਾਂ ਦੇ ਨਵੇਂ ਨਵੇਂ ਵਲੋਗਸ ਦੇਖਣ ਲਈ, ਵਧੀਆ ਵਧੀਆ ਵਲੋਗਸ ਦੇਖਣ ਲਈ, ਅਤੇ ਮੈਂ ਮਿਲਦਾ ਤੁਹਾਨੂੰ ਅਗਲੀ ਕੋਈ ਵਧੀਆ ਜਿਹੀ ਵੀਡੀਓ 'ਚ, ਤਦ ਤੱਕ ਲਈ ਬਾਏ ਬਾਏ।